आगे बैठेगी। खेतीबाड़ी बिल को रद्द करने के लिए किसान दिल्ली में प्रदर्शन कर रहे हैं। दूसरी तरफ आज पाटड़ा उपमंडल के गलोली से दिल्ली कटरा एक्सप्रेस हाईवे का जो निर्माण होगा उसके लिए ज़मीन एक्वायर की जानी है। आज उसके लिए सहायक डिप्टी कमिश्नर पटियाला एसडीएम पाटड़ा के नेतृत्व में एक किसानों के साथ बैठक रखी गई थी कि वातावरण को कैसे बचाना है, लेकिन किसानों ने इस बैठक का विरोध किया और किसानों ने कहा हम दिल्ली कटरा एक्सप्रेस हाईवे को ज़मीन नहीं देंगे जब तक दिल्ली के अंदर काले कानून केंद्र सरकार जो बनाए हैं किसान विरोधी उसको वापस नहीं लेती, हम ज़मीन बिल्कुल नहीं देंगे। उसका ज़बरदस्त किसानों ने विरोध किया। प्रशासन ने किसानों को एसडीएम दफ्तर से बाहर गेट पर रोक दिया, जिसका भी किसानों ने विरोध किया। किसानों ने कहा कि मीटिंग के लिए बुलाया गया था, अब हमारे को अंदर नहीं जाने दिया, लेकिन किसानों के रोष को देखते हुए किसानों ने बैठक की और सहायक डिप्टी कमिश्नर पटियाला ने इस किसानों की मीटिंग का गुस्सा देखते हुए इस मीटिंग को पोस्टपोन कर दिया। किसानों ने चेतावनी दी यदि हमारी ज़मीन एक्वायर की गई तो हम इसका ज़बरदस्त विरोध करेंगे। किसानों ने कहा कि हमारी ज़मीन को दो भागों में बांट दिया जाएगा, ना हमारे इस इलाके किसानों को उस सड़क पर चढ़ने के लिए हमें कोई पॉइंट दे रही है सरकार, यह निजी कंपनियां पंजाब के किसानों के साथ धोखा कर रही हैं, हम इसको सहन नहीं करेंगे। थोड़ी मैडम इंटरव्यू सुनी है, मैं थोड़ा कला कला अल्फाज सुने हैं, मेरी गल का गुस्सा ना करो। अवार्ड मैडम मैडम तुम इतने 10 मिनट दे दो, मैं विद प्रूफ थोड़े अगर अवार्ड रख दूंगा। ਕੋਈ ਦਿੱਲੀ ਕਟੜਾ ਐਕਸਪ੍ਰੈਸ ਵੇ ਦਾ ਅਸੀਂ ਵਿਰੋਧ ਕਰ ਰਹੇ ਹਾਂ ਜੀ, ਕਿਉਂਕਿ ਜਿਹੜੇ ਸੈਂਟਰ ਸਰਕਾਰ ਨੇ 3 ਕਾਲੇ ਕਾਨੂੰਨ ਬਣਾਏ ਆ, ਸਾਡੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਘੇਰੀ ਹੋਈ ਆ 4 ਚੁਫੇਰੇ ਤੋਂ, ਜਿੰਨਾ ਚਿਰ ਤੱਕ ਉਹ ਸਾਡੇ ਕਿਸਾਨ ਉੱਥੋਂ ਜਿੱਤ ਕੇ ਨਹੀਂ ਆਉਂਦੇ, ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਉਹਨਾਂ ਚਿਰ ਤੱਕ ਅਸੀਂ ਇਹ ਜਿਹੜੀ ਰੋਡ ਆ ਰੋਡ ਨੂੰ ਜ਼ਮੀਨ ਦੇਣ ਦੀ ਗੱਲ, ਰੋਡ ਦੇ ਇੱਥੇ ਕਿਸੇ ਨੂੰ ਪੈਰ ਨਹੀਂ ਰੱਖਣ ਦੇਣਾ ਆਪਣੀ ਜ਼ਮੀਨ ਦੇ ਵਿੱਚ, ਅੱਜ ਸਾਡਾ ਉਹ ਉਸ ਰੋਡ ਦਾ ਹੀ ਵਿਰੋਧ ਕਰ ਰਹੇ ਹਾਂ। प्रशासन अधिकारी गया ना, कोई इन्हों का कोई बंदा कोई मुंडे खुंडे जाते ना, कोई साड़ी गल सुन के आता ना, कोई लेना ना कोई देना। साड़ी मंग यह है कि जिन्ना चिर तक कानून 3 वापस नहीं करती काले, ਉਹਨਾਂ ਚਿਰ ਤੱਕ ਅਸੀਂ ਆਪਣੀ ਰੋਡ ਦੇ ਵਿੱਚ ਕਿਸੇ ਨੂੰ ਐਂਟਰ ਨਹੀਂ ਹੋਣ ਦਿਆਂਗੇ। ਕਿੰਨੇ ਕਿਸਾਨਾਂ ਦੀ ਜ਼ਮੀਨ ਇਸ ਸੜਕ ਦੇ ਵਿਚਾਲੇ ਆ ਰਹੀ ਹੈ? ਵੇਖੋ ਜੀ ਸਾਰਾ ਪੰਜਾਬ ਇੱਥੇ ਜਿੰਨੇ ਸੈਂਕੜੇ ਕਿਸਾਨਾਂ ਜਿੰਨੇ ਇੱਥੇ ਕਿਸਾਨ ਆਏ ਸਾਰੇ ਜ਼ਮੀਨ ਵਾਲੇ ਨੇ, ਬਿਨਾਂ ਜ਼ਮੀਨ ਵਾਲਾ ਕੋਈ ਕਿਸਾਨ ਨਹੀਂ ਅੱਜ ਇੱਥੇ ਆਇਆ। ਕਦੋਂ ਤੱਕ ਸੰਘਰਸ਼ ਜਾਰੀ ਰਹੇਗਾ ਤੁਹਾਡਾ? ਜਿੰਨਾ ਚਿਰ ਤੱਕ ਇਹ ਸੜਕੀ ਕੈਂਸਲ ਨਹੀਂ ਹੁੰਦੀ ਉਹਨਾਂ ਚਿਰ ਤੱਕ ਸੰਘਰਸ਼ ਜਿਹੜਾ ਜਾਰੀ ਰਹੇ। ਜ਼ਮੀਨ ਦਿਓਗੇ ਨਹੀਂ ਦਿਓਗੇ? ਬਿਲਕੁਲ ਨਹੀਂ, ਇਸ ਰੋਡ ਨੂੰ 1 ਇੰਚ ਵੀ ਜ਼ਮੀਨ ਨਹੀਂ ਪੰਜਾਬ ਦੀ ਦੇਣੀ। ਜਗਤਾਰ ਸਿੰਘ ਬਰਾਸ ਵੀਰ ਜੀ, ਅੱਜ ਸਾਨੂੰ ਦੁਖੀ ਹੋ ਕੇ ਇੱਥੇ ਆਉਣਾ ਪਿਆ। ਜਿਹੜੇ ਇਹ 3 ਕਾਨੂੰਨ ਸੈਂਟਰ ਨੇ ਲਾਗੂ ਕੀਤੇ ਨੇ ਉਹਦਾ ਪਹਿਲਾ ਹਿੱਸਾ, ਜਿਹੜਾ ਪਹਿਲਾ ਪਾਰਟ ਸਾਡੇ ਤੋਂ ਸ਼ੁਰੂ ਹੋ ਗਿਆ, ਸਾਡੀਆਂ ਜ਼ਮੀਨਾਂ ਖਾਉਣ 'ਤੇ ਤੁੱਲ ਗਈ ਹੈ। ਪਰ ਅਸੀਂ ਸਾਰਿਆਂ ਨੇ, ਸਾਡੇ ਪਟਿਆਲੇ ਜ਼ਿਲ੍ਹੇ ਦੇ 11 ਪਿੰਡ ਆਉਂਦੇ ਨੇ, ਅੱਗੇ ਸੰਗਰੂਰ ਦੇ 56 ਆਉਂਦੇ ਨੇ, ਉਸ ਤੋਂ ਅੱਗੇ ਦੂਸਰੀਆਂ ਜ਼ਿਲ੍ਹਿਆਂ ਦੇ ਆਉਂਦੇ ਨੇ। ਅਸੀਂ ਸਾਰੇ ਇਕੱਠੇ ਹੋ ਕੇ ਇਹ ਮਤਾ ਬਣਾਇਆ ਵੀ ਅਸੀਂ ਜਿੰਨਾ ਚਿਰ ਸਾਡੇ ਉਹ 3 ਕਾਨੂੰਨ ਵਾਪਸ ਨਹੀਂ ਹੁੰਦੇ, ਸਾਡੀਆਂ ਕਿਸਾਨ ਜਥੇਬੰਦੀਆਂ ਦੀ ਮੰਗ ਪੂਰੀ ਨਹੀਂ ਹੁੰਦੀ, ਉਹ ਵਾਪਸ ਨਹੀਂ ਆਉਂਦੀਆਂ, ਅਸੀਂ ਉਹਨਾਂ ਚਿਰ ਇਹ ਰੋਡ ਦੇ ਮੁਤਾਬਕ ਕੋਈ ਕਿਸੇ ਨਾਲ ਮੀਟਿੰਗ ਨਹੀਂ ਕਰਾਂਗੇ, ਕੋਈ ਕਿਸੇ ਨੂੰ ਆਪਣੀ ਕਾਲੀ 'ਚ ਵੜਨ ਨਹੀਂ ਦੇਵਾਂਗੇ। ਇਹ ਮੀਟਿੰਗ ਦਾ ਸਾਨੂੰ ਪਤਾ ਹੀ ਨਹੀਂ ਜੀ, ਸਾਨੂੰ ਬੁਲਾਇਆ ਗਿਆ, ਪਹਿਲਾਂ ਤਾਂ ਸਾਨੂੰ ਬੁਲਾਇਆ ਗਿਆ, ਹੁਣ ਸਾਡੇ ਲਈ ਗੇਟ ਬੰਦ ਕੀਤਾ ਗਿਆ, ਸਾਨੂੰ ਮਿਲਣ ਵੀ ਨਹੀਂ ਦਿੱਤਾ ਗਿਆ। ਉੱਥੇ ਮੀਟਿੰਗ 'ਚ ਕੌਣ ਗਿਆ ਹੈ ਅਸੀਂ ਨਹੀਂ ਜਾਣਦੇ, ਅਸੀਂ ਸਾਰੇ ਜਿਨ੍ਹਾਂ ਦੀ ਜ਼ਮੀਨ ਰੋਡ 'ਚ ਆਉਂਦੀ ਹੈ ਉਹ ਖੜੇ ਹਾਂ, ਉੱਥੇ ਹੋ ਸਕਦਾ ਬਿਨਾਂ ਰੋਡ ਵਾਲੇ ਜ਼ਿਮੀਦਾਰ ਹੋਣ, ਅਸੀਂ ਨਹੀਂ ਜਾਣਦੇ। ਅਸੀਂ ਇਹ ਕਹਿੰਦੇ ਜੇ ਕੋਈ ਫੈਸਲਾ ਲੈਣਾ ਸਾਡੇ ਆਉਣ ਦਾ ਰੋਡ, ਜਿਨ੍ਹਾਂ ਦੀ ਜ਼ਮੀਨ ਆ ਰਹੀ ਹੈ ਉਹਨਾਂ ਨੂੰ ਨਾਲ ਲੈ ਕੇ ਫੈਸਲਾ ਲਿਆ ਜਾਵੇ। ਪ੍ਰੀਤ ਸਿੰਘ ਡਿੱਕੀ ਜੀ ਜੀ, ਮੈਂ ਜ਼ਿਲ੍ਹਾ ਪ੍ਰਧਾਨ ਹਾਂ ਸੰਗਰੂਰ ਦਾ। ਜਿਹੜਾ ਇਹ ਮੁੱਦਾ ਹੈ, ਕੀ ਮੁੱਦਾ ਤੁਹਾਡਾ ਜਿਹੜਾ ਤੁਸੀਂ ਬੋਲ ਕਰ ਰਹੇ ਹੋ? ਮੈਡਮ ਸਰ, ਮੁੱਦਾ ਤਾਂ ਇਹ ਦਿੱਲੀ ਦਾ ਸਭ ਨੂੰ ਪਤਾ ਹੀ ਹੈ, ਸਾਰੇ ਹਿੰਦੁਸਤਾਨ ਨੂੰ ਪਤਾ ਹੈ ਕਿ ਸਾਡੀ ਪੰਜਾਬ ਸਰਕਾਰ ਨੂੰ ਇਸ ਮੁੱਦੇ ਬਾਰੇ ਕੁਝ ਨਹੀਂ ਪਤਾ। ਸਾਨੂੰ ਅੱਜ ਛੁੱਟੀ ਵਾਲੇ ਦਿਨ ਇਹ ਇੱਥੇ ਬੁਲਾ ਰਹੇ ਹੋ? ਮੇਰੇ ਵੀਰ ਨੇ ਕੋਈ ਆਬਜੈਕਸ਼ਨ ਜਾਂ ਕੋਈ ਸੁਜੈਸ਼ਨ ਸੁਝਾ ਦੇਣਾ ਹੋਵੇ ਤਾਂ ਦੱਸ ਦੇ ਸਕਦੇ? ਤੁਹਾਡੇ ਸਾਹਮਣੇ ਹੈ ਅਤੇ ਸਾਨੂੰ ਇੱਥੇ ਪਰੇਸ਼ਾਨ ਕੀਤਾ ਜਾ ਰਿਹਾ, ਅਸੀਂ ਤਾਂ ਅੱਕੇ ਪਏ ਹਾਂ।
ਸਾਨੂੰ ਦਿੱਲੀ ਦੀ ਲੜਾਈ ਲੜ ਲੈਣ ਦੋ ਅਸੀਂ ਸੈਂਟਰ ਨੂੰ ਕੋਈ ਪ੍ਰੋਜੈਕਟ ਨਹੀਂ ਉਨੀ ਦੇਰ ਦੇਣਾ ਬਿਲਕੁਲ ਨਹੀਂ ਦੇਣੀ ਬਾਈ ਜੀ ਅਸੀਂ ਕਿਸੇ ਕੀਮਤ 'ਤੇ ਨਹੀਂ ਦੇਣੀ ਚਾਹੇ ਸਾਨੂੰ ਇਹ 2 ਕਰੋੜ ਦਾ ਲਾਲਚ ਦੇਣ ਚਾਹੇ ਕਰੋੜ ਦਾ ਲਾਲਚ ਦੇਣ ਅਸੀਂ ਇਹ ਜ਼ਮੀਨ ਨਹੀਂ ਦੇਣੀ ਉਨੀ ਦੇਰ ਜਿੰਨੀ ਦੇਰ ਸਾਡੇ ਜ਼ਿਮੀਂਦਾਰ ਭਰਾ ਉੱਥੋਂ ਵਾਪਸ ਨਹੀਂ ਆਉਂਦੇ ਸਾਡੇ ਸਾਰੇ ਪਰਿਵਾਰ ਤਾਂ ਉੱਥੇ ਬੈਠੇ ਆ ਦੇ ਕਿੰਨੇ ਪਿੰਡ ਵਿੱਚ 12 ਪਿੰਡ ਆ ਗਏ ਜੀ ਇੱਥੋਂ ਦੇ 11-12 ਪਿੰਡ ਇੱਥੇ ਕਿੰਨੇ ਕਿਸਾਨ ਆ ਉਹ ਤਕਰੀਬਨ ਬਹੁਤ ਕਿਸਾਨ ਆ ਬਾਈ ਜੀ ਆ ਸਾਰੇ ਤੁਸੀਂ 10 ਮਿੰਟ ਖੜ ਜਾਓ ਤੁਹਾਨੂੰ ਸਾਰੇ ਦਿਖ ਜਾਣਗੇ ਬਾਹਰ ਦੇਖ ਲਿਓ ਸਾਰਿਆਂ ਨੂੰ ਤੁਹਾਡੇ ਸਾਹਮਣੇ ਹੋਣਗੇ ਸਾਰੇ ਕਿਸਾਨ ਬਾਈ ਜੀ ਬਿਲਕੁਲ ਗਲਤ ਆ ਜਦੋਂ ਸਾਡੇ ਕਿਸਾਨ ਵੀਰ ਹੀ ਉੱਥੇ ਆ ਸਾਨੂੰ ਨੋਟਿਸ ਸਾਡੇ ਪਿੰਡਾਂ ਦੇ ਵਿੱਚ ਲਾ ਲਾ ਕੇ ਸਾਡੇ ਪਿੰਡਾਂ ਨੂੰ ਡਿਸਟਰਬ ਕੀਤਾ ਜਾ ਰਿਹਾ ਪੰਜਾਬ ਸਰਕਾਰ ਵਿੱਚ ਯੋਗਦਾਨ ਦੇ ਰਹੀ ਹੈ ਕਿਸਾਨਾਂ ਨੂੰ ਰੋਕਣ ਲਈ ਦਿੱਲੀ ਜਾਣ ਨਹੀਂ ਦੇ ਰਹੇ ਸਾਨੂੰ ਇਹ ਤੁਸੀਂ ਦੇਖੋ ਤੁਹਾਨੂੰ ਸਾਰੇ ਹਿੰਦੁਸਤਾਨ ਨੂੰ ਸਾਰੇ ਅਮਰੀਕਾ ਕੈਨੇਡਾ ਤੱਕ ਪਤਾ ਕਿ ਕਿਸਾਨ ਕਿੱਥੇ ਬੈਠੇ ਆ ਤੁਹਾਨੂੰ ਪਤਾ ਸੀ ਰਾਤ ਕਿੰਨੇ ਵਜੇ ਉੱਥੋਂ ਪਹੁੰਚਿਆ ਸਾਡੀ ਅੱਖਾਂ ਏਡੀਆਂ ਹੋਈਆਂ ਪਈਆਂ ਕਿ ਨਹੀਂ ਸਾਨੂੰ ਪ੍ਰਸ਼ਾਸਨ ਨੇ ਬੁਲਾਇਆ ਕਿਤੇ ਸਾਡੇ ਨਾਲ ਫਿਰ ਧੋਖਾ ਨਾ ਹੋ ਜੇ ਅਸੀਂ ਤਾਂ ਧੋਖਿਆਂ ਤੋਂ ਬਚਣਾ ਚਾਹੁੰਦੇ ਹਾਂ ਸਾਡੀਆਂ ਕਿਸਾਨ ਜਥੇਬੰਦੀ ਆਉਣਗੇ ਪਹਿਲਾਂ ਦੇਖ ਲਓ ਕਿੱਡਾ ਵੱਡਾ ਧੋਖਾ ਹੋ ਰਿਹਾ ਦਿੱਲੀ ਹਰੇਕ ਬੱਚੇ ਨੂੰ ਪਤਾ ਲੱਗ ਰਿਹਾ ਅਸੀਂ ਹੁਣ ਵੀ ਉਹਨਾਂ ਦੇ ਭੇਟ ਚੜ ਰਹੇ ਹਾਂ ਅੰਬਾਨੀ ਅਡਾਨੀਆਂ ਦੀ ਇਹ ਪ੍ਰੋਜੈਕਟ ਜਿਹੜਾ ਸਾਡੇ ਲਈ ਇੱਥੇ ਸਾਈਕਲ ਨਹੀਂ ਚੜ ਸਕਦਾ ਬਾਈ ਜੀ ਮੋਟਰਸਾਈਕਲ ਨਹੀਂ ਚੜ ਸਕਦਾ ਟਰੈਕਟਰ ਨਹੀਂ ਚੜ ਸਕਦਾ ਤੇ ਕਿੰਨਾ ਲਈ ਬਣ ਰਹੀਆਂ ਸਾਡੀਆਂ ਗੱਡੀਆਂ ਨਹੀਂ ਚੱਲਦੀਆਂ 150 ਦੀ ਸਪੀਡ ਤੇ ਕੋਈ ਕੱਟ ਨਹੀਂ ਮਿਲਣਾ ਕੋਈ ਕੱਟ ਨਹੀਂ ਬਾਈ ਜੀ ਸਾਨੂੰ ਪਤਾ ਅਸੀਂ ਇੱਕ ਖੇਤ ਤੋਂ ਦੂਜੇ ਖੇਤ ਕਿਵੇਂ ਜਾਵਾਂਗੇ ਕੋਈ ਲਿਖਤੀ ਰੂਪ 'ਚ ਸਾਨੂੰ ਕੋਈ ਚੀਜ਼ ਨਹੀਂ ਦਿੱਤੀ ਜਾਂਦੀ ਅਸੀਂ ਹੁਣ ਮੰਗਿਆ ਲਓ ਤੁਸੀਂ ਦੇਖਿਓ ਸਾਨੂੰ ਲਿਖਤੀ ਰੂਪ 'ਚ ਨਹੀਂ ਮਿਲੂਗਾ ਕੈਮਰੇ ਲਾ ਕੇ ਰੱਖੋ ਤੁਹਾਨੂੰ ਲੱਗ ਜੂ ਪਤਾ ਸਾਨੂੰ ਅੱਜ ਹੀ ਤੁਹਾਨੂੰ ਫੈਸਲਾ ਹੋ ਜੂਗਾ ਤੁਹਾਡੇ ਸਾਹਮਣੇ ਇਹ ਜੀ ਜਿਹੜੀ ਸਾਡੀ ਹੈਗੀ ਹੈ ਇਨਵਾਇਰਨਮੈਂਟਲ ਆਸਪੈਕਟ ਜਿਹੜਾ ਹੈਗਾ ਐਕੁਜ਼ੀਸ਼ਨ ਦਾ ਉਹਦੇ ਰਿਗਾਰਡਿੰਗ ਅਸੀਂ ਪਬਲਿਕ ਤੋਂ ਜਿਹੜੇ ਕਲੇਮਸ ਅਤੇ ਓਬਜੈਕਸ਼ਨਸ ਲੈਣੇ ਸੀ ਜੀ ਸਿਰਫ ਵਾਤਾਵਰਨ ਦੇ ਮੁੱਦੇ 'ਤੇ ਇਹ ਜਿਹੜੀ ਮੀਟਿੰਗ ਰੱਖੀ ਗਈ ਸੀ ਜਿਹੜੀ ਅੱਜ ਦੀ ਮੀਟਿੰਗ ਸੀ ਇਹ ਸਿਰਫ ਅਤੇ ਸਿਰਫ ਰਿਗਾਰਡਿੰਗ ਵਾਤਾਵਰਨ ਸੀ ਜਿਹੜੇ ਬਾਕੀ ਦੇ ਕਲੇਮਸ ਐਂਡ ਓਬਜੈਕਸ਼ਨਸ ਨੇ ਉਹ ਜਿਹੜੇ ਕਿਸਾਨ ਵੀਰ ਨੇ ਅੱਗੇ ਵੀ ਆ ਰਹੇ ਨੇ 100-125 ਦੇ ਆਸਪਾਸ SDM ਸਾਹਿਬ ਕੋਲ ਇਹਦੇ ਜਿਹੜੇ ਕਲੇਮਸ ਨੇ ਪਹੁੰਚ ਚੁੱਕੇ ਨੇ ਅਤੇ ਦੇ ਆਰ ਮੋਸਟ ਵੈਲਕਮ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਇਤਰਾਜ਼ ਹੈ ਕਿਸਾਨਾਂ ਦੀ ਇੱਕ ਇੱਕ ਗੱਲ ਸੁਣੀ ਜਾਊਗੀ ਅਤੇ ਹਰ ਇੱਕ ਗੱਲ ਦਾ ਜਿਹੜਾ ਹੈਗਾ ਫੈਸਲਾ ਵੀ ਪੋਜ਼ੀਟਿਵਲੀ ਹੀ ਕੀਤਾ ਜਾਊਗਾ ਅੱਜ ਦੀ ਮੀਟਿੰਗ ਦੇ ਵਿੱਚ ਉਹ ਉਹਨਾਂ ਦੀ ਇਹ ਡਿਮਾਂਡ ਹੈ ਸਾਰਿਆਂ ਦੀ ਕਿ ਉਹਨਾਂ ਦੇ ਸਾਰੇ ਕਿਸਾਨ ਵੀਰ ਇੱਥੇ ਨਹੀਂ ਹੈਗੇ ਅਸੀਂ ਉਹਨਾਂ ਤੋਂ ਲਿਖਤੀ 'ਚ ਲੈ ਕੇ ਜਿਹੜੀ ਅੱਜ ਦੀ ਮੀਟਿੰਗ ਹੈ ਪਬਲਿਕ ਹੇਅਰਿੰਗ ਉਹ ਪੋਸਟਪੋਨ ਕਰ ਦਿਆਂਗੇ ਜੀ ਨੈਕਸਟ ਟਾਈਮ ਹੋ ਜੂਗੀ ਅੱਜ ਸਿਰਫ ਵਾਤਾਵਰਨ ਦੇ ਆਸਪੈਕਟ ਦੇ ਵਿੱਚ ਅਸੀਂ ਜਿਹੜੇ ਕਲੇਮਸ ਅਤੇ ਓਬਜੈਕਸ਼ਨ ਲੈਣੇ ਸੀ ਐਕਸਪ੍ਰੈਸ ਹਾਈਵੇ ਦੇ ਨਾਲ ਰਿਲੇਟਡ ਵਾਤਾਵਰਨ ਦਾ ਜਿਹੜਾ ਐਸਪੈਕਟ ਹੈਗਾ ਕੋਈ ਗੱਲ ਨਹੀਂ ਜੀ ਉਹ ਇਹਨਾਂ ਨਾਲ ਅਸੀਂ ਗੱਲਬਾਤ ਕਰਕੇ ਫਿਰ ਨਵੀਂ ਤਰੀਕ ਰੱਖ ਲਾਂਗੇ ਕੈਮਰਾਮੈਨ ਬਾਲਕ੍ਰਿਸ਼ਨ ਗਰਗ ਕੇ ਸਾਥ ਪੁਰਸ਼ੋਤਮ ਕੌਸ਼ਿਕ ਸਮਾਣਾ ਨਿਊਜ਼